80% ਕਮੇਟੀ ਮੈਂਬਰ ਉਹ ਹੋਣੇ ਆ ਜਿਹੜੇ ਨਸ਼ੇ ਦਾ ਧੰਦਾ ਕਰਦੇ, ਤੰਬਾਕੂ ਦਾ, ਸ਼ਰਾਬ ਦਾ। ਅਖੰਡ ਕੀਰਤਨੀ ਜਥੇ ਦੇ ਵਿੱਚ ਵੀ, ਟਕਸਾਲ ਦੇ ਵਿੱਚ ਵੀ, ਪੰਜਾਬ ਪਿਆਰਿਆਂ ਦੇ ਵਿੱਚ ਵੀ ਲੱਗਣੇ ਵਾਲੇ ਬੰਦੇ ਉਹ ਬੈਠੇ। ਉਹਨਾਂ ਨੂੰ ਤਾਂ 500 ਛੇਕਿਆ ਨਹੀਂ ਤੁਸੀਂ, ਕਰਤਾਂ ਤੁਹਾਡੀਆਂ। ਇੱਕ ਸਿੱਖ ਬਣਨ ਦੇ ਲਈ, ਇੱਕ ਸਿੱਖ ਬਣਨ ਲਈ ਚਾਰ ਗੱਲਾਂ ਜਿਹੜੀਆਂ ਪੂਰੀਆਂ ਕਰਨੀਆਂ ਉਹਨੇ, ਚੌਂ ਤੋਂ ਬਚਣਾ, ਉਹ ਵੀ ਨਹੀਂ ਪੂਰੀਆਂ ਕਰ ਰਹੇ ਬੰਦੇ। ਉਹ ਸਿੱਖ ਧਰਮ ਵਿੱਚ ਸ਼ਾਮਿਲ ਆ, ਅਤੇ ਆਪਣੀ ਮਰਜ਼ੀ ਦੇ ਨਾਲ ਜਿਹੜਾ ਤੁਹਾਡੇ ਨਹੀਂ ਫਿੱਟ ਬਹਿੰਦਾ ਉਹਨੂੰ ਤੁਸੀਂ ਕਹਿੰਦੇ 500 ਛੇਕਿਆ ਸੀ। ਇਸ ਕਰਕੇ ਜਿਹੜਾ ਜਦੋਂ ਦੇਖਦੇ ਹਾਂ ਅਸੀਂ ਗੱਲ ਕਰਨ ਲੱਗੇ, ਘਬਰਾਈਏ ਨਾ। ਸਾਨੂੰ ਇਹ ਲੋੜ ਨਹੀਂ ਹੈਗੀ ਵੀ ਮੈਂ ਉਹਦੇ ਵਿਰੁੱਧ ਹਾਂ। ਬਸ ਜੋ ਦੇਖਿਆ, ਗਵਾਹੀ ਦੇ ਅਰਥ ਹੀ ਇਹ ਹੁੰਦੇ ਆ, ਵਿਟਨਸ ਹੋਣ ਦੇ ਅਰਥ ਹੀ ਇਹ ਹੁੰਦੇ ਆ। ਐਕਸੀਡੈਂਟ ਹੋਇਆ ਆ, ਤੁਹਾਨੂੰ ਨਹੀਂ ਦੇਖਣ ਦੀ ਲੋੜ। ਜਿਹੜਾ ਗਵਾਹ ਹੁੰਦਾ ਕਦੇ ਕਹਿੰਦਾ ਆ, ਉਹ ਅਗਲੇ ਕਹਿੰਦੇ ਵੀ ਦੇਖੋ ਜੀ ਕੀ ਦੇਖਿਆ, ਤਾਂ ਉਹ ਕਹਿੰਦਾ ਦੇਖੋ ਮੈਂ ਇੱਦਾਂ ਫੁੱਟਪਾਥ 'ਤੇ ਜਾ ਰਿਹਾ ਸੀ, ਨੀਲੀ ਕਾਰ, ਲਾਈਟਾਂ ਮੂਹਰੇ ਲਾਲ ਹੋਈਆਂ ਸੀ, ਇਹ ਖੜ੍ਹੀ ਸੀ, ਆਹ ਹਰੀ ਕਾਰ ਜਿਹੜੀ ਆ ਪਿੱਛਿਓਂ ਆਈ ਆ, ਇਹ ਆ ਕੇ ਪਿਛਲੇ ਪਾਸੇ ਵਿੱਚ ਵੱਜੀ। ਉੱਥੇ ਕਦੇ ਨਹੀਂ ਕਹਿੰਦਾ ਵੀ ਹਰੀ ਕਾਰ ਵਾਲੀ ਜਨਾਨੀ ਨੂੰ ਮੈਂ ਦੱਸਣਾ ਚਾਹੁੰਦਾ ਵੀ ਮੈਂ ਤੇਰੇ ਵਿਰੁੱਧ ਨਹੀਂ ਹੈਗਾ ਮੈਂ, ਠੀਕ ਹੈ, ਅਤੇ ਇਹ ਨਾ ਸਮਝੋ ਵੀ ਨੀਲੀ ਕਾਰ ਵਾਲੇ ਦੇ ਮੈਂ ਹੱਕ ਵਿੱਚ ਹਾਂ, ਨਾ ਮੈਂ ਕਿਸੇ ਦੇ ਵਿਰੋਧ ਵਿੱਚ ਹਾਂ, ਨਾ ਮੈਂ ਕਿਸੇ ਹੱਕ ਵਿੱਚ ਹਾਂ। ਇੱਦਾਂ ਸਟੇਟਮੈਂਟ ਦੇਣੀ ਨਹੀਂ ਪੈਂਦੀ ਅਗਲੇ ਨੂੰ। ਸਿਰਫ ਉਹ ਵਿਟਨੈਸ ਜੋ ਉਹਨੂੰ ਦੇਖਿਆ ਹੁੰਦਾ ਉਹ ਕਹਿੰਦਾ ਆ। ਜਦੋਂ ਕੋਈ ਘਟਨਾ ਸਾਡੇ ਮੂਹਰੇ ਵਾਪਰਦੀ ਆ, ਆਹ ਹੁਣ ਜਿਹੜੀ ਜਨਾਲੇ ਵਾਲੀ ਨਾਲ ਘਟਨਾ, 2 ਮਿੰਟ ਦੇ ਵਿੱਚ, 2 ਮਿੰਟ ਵੀ ਜ਼ਿਆਦੇ ਆ, 2 ਮਿੰਟ ਦੇ ਵਿੱਚ ਆਪਣੀ ਗੱਲ, ਦੋ ਸੈਂਟੈਂਸਾਂ ਵਿੱਚ ਆਪਣੀ ਗੱਲ ਕਹਿ ਸਕਦੇ ਹੋ ਤੁਸੀਂ ਵੀ ਭਾਈ ਸਾਡੀ ਨਿਗਾਹ ਦੇ ਵਿੱਚ ਇਸ ਵੇਲੇ ਜੋ ਭਾਈ ਰਣਜੀਤ ਸਿੰਘ ਕਰ ਰਹੇ ਆ 100% ਸਹੀ ਆ। ਜਿਹੜਾ ਵੀ ਫੈਸਲਾ ਕਰਨਗੇ ਅਸੀਂ ਨਾਲ ਹਾਂ। ਆਹ ਸੰਸਥਾ ਹੈ ਸਾਡੀ, ਦਰਵਾਜ਼ੇ ਹਮੇਸ਼ਾ ਖੁੱਲ੍ਹੇ ਆ, ਅੱਜ ਆ ਜਾਣ ਚਾਹੇ ਉਹ ਇਹਨਾਂ ਵੱਲੋਂ 500 ਛੇਕੇ ਜਾਣ ਤੋਂ ਬਾਅਦ ਆ ਜਾਣ, ਅਸੀਂ ਨਾਲ ਖੜ੍ਹੇ ਹਾਂ ਵੀ ਅਸੀਂ ਨਾਲ ਹਾਂ ਜੀ। ਇਹ ਗੱਲ ਹੋਣੀ ਚਾਹੀਦੀ ਆ ਜੀ, ਜੇ ਕਿਸੇ ਤਰ੍ਹਾਂ ਉਹਨਾਂ ਦੀ ਸੈਟਲਮੈਂਟ ਹੋ ਜਾਵੇ, ਠੀਕ ਹੈ। ਇੱਦਾਂ ਆਪ ਨਾ ਦੋਗਲੇ ਜਿਹਾ ਬਣਿਆ ਕਰੋ ਭਰਾਵੋ, ਠੀਕ ਹੈ, ਕੋਈ ਅਰਥ ਨਹੀਂ ਹੈਗੇ ਉਹਦੇ, ਠੀਕ ਹੈ। ਉਹ ਅਜੇ ਤਾਈਂ ਉਹ ਚੰਗਾ ਆਇਆ ਬੰਦਾ ਮੂਹਰੇ ਜਿਹੜਾ ਟੱਕਰਿਆ ਤੁਹਾਨੂੰ, ਠੀਕ ਹੈ, ਉਹ ਇਮੋਸ਼ਨਲੀ ਡੀਲ ਕਰ ਰਿਹਾ ਤੁਹਾਡੇ ਨਾਲ, ਜਿਸ ਕਰਕੇ ਉਹ ਗੱਲਾਂ ਇੱਦਾਂ ਬਰਦਾਸ਼ਤ ਕਰਦਾ ਤੁਹਾਨੂੰ। ਜਿੱਦਣ ਉਹਦਾ ਸਬਰ ਦਾ ਪਿਆਲਾ ਭਰ ਗਿਆ ਨਾ, ਤੁਸੀਂ ਦੇਖ ਲਿਓ ਉਹਨੇ ਚੱਕ ਕੇ ਜਦੋਂ, ਜਿੱਦਾਂ ਟਕਸਾਲ ਵਾਲਿਆਂ ਨੂੰ ਰਾਤ ਦੇ ਦਿਵਾਂ 'ਚ ਕਿੱਦਾਂ ਜਨਾਲੇ ਬਾਰੇ ਠੋਕ ਕੇ ਕਿਹਾ ਅਗਲੇ ਨੇ ਵੀ ਚੈਨਲ ਵਾਲਿਆਂ ਦੀ ਵੈਨ ਜਾਊਗੀ, ਜਿਹੜੇ ਵੀ ਸੰਗਤ, ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿਣਾ ਚਾਹੁੰਦਾ ਬਹਿ ਜਾਵੇ, ਉੱਥੇ ਕੈਮਰਾ ਲੱਗਾ ਹੋਊਗਾ। ਔਰ ਜਥੇਦਾਰ ਬਾਰੇ ਉਹ ਕਹਿੰਦਾ ਮੈਂ ਘਰ ਜਾਊਂਗਾ। ਜਿੱਦਣ ਉਹਦੇ ਸਬਰ ਦਾ ਪਿਆਲਾ ਭਰ ਗਿਆ ਤੁਹਾਨੂੰ ਵੀ ਕਹਿ ਦੇਣਾ ਉਹਨੂੰ ਵੀ ਜਾਊ ਦਫਾ, ਮੈਨੂੰ ਨਹੀਂ ਚਾਹੀਦਾ ਕੁਛ ਵੀ। ਔਰ ਕੋਈ ਨਹੀਂ, ਆਉਣ ਵਾਲੇ ਸਮੇਂ 'ਚ ਪਲੈਨਿੰਗ ਵੀ ਕੁਛ ਇੱਦਾਂ ਦੀ ਆ। ਜਿਹੜੇ ਪੁਰਾਣੇ ਗੁਰਦੁਆਰੇ ਆ ਉਹਨਾਂ 'ਚੋਂ ਜਿਹੜੀਆਂ ਕਮੇਟੀਆਂ ਨੰਗੇ ਧੜ ਬਿਲਕੁਲ ਸਪਸ਼ਟ, ਔਰ ਮੈਨੂੰ 2% ਵੀ ਆਸ ਨਹੀਂ ਹੈਗੀ ਜਿਹੜੇ ਇਸ ਵੇਲੇ ਗੁਰਦੁਆਰੇ ਹੈਗੇ ਆ, ਉਹਦਾ ਕਾਰਨ, ਵੱਡਾ ਕਾਰਨ ਇਹ ਆ ਵੀ ਜਿਹੜੇ ਗੁਰਦੁਆਰੇ ਕਮੇਟੀਆਂ ਦੇ ਵਿੱਚ ਬੰਦੇ ਆਇਓ ਆ ਨਾ, ਜਿਹੜੇ 35-40 ਸਾਲ ਤੋਂ ਉੱਪਰਲੇ ਆ, ਉਹ ਕਿਸੇ ਨਾ ਕਿਸੇ ਗੱਲੋਂ ਦੋਗਲੇ ਜਿਹਾ ਰਹਿ ਸਵਾਦ ਆ, ਉਹ ਗਬਲੇ ਜਿਹਾ ਸਵਾਦ ਆ, ਉਹ ਸਾਰਿਆਂ ਦੀ ਨਿਗਾਹ ਦੇ ਵਿੱਚ ਚੰਗਾ, ਉਹਨਾਂ ਦੇ ਦਿਮਾਗ ਦੇ ਉੱਤੇ ਕਿਤੇ ਨਾ ਕਿਤੇ ਇਹ ਅਸਰ ਪਿਆ ਆ, ਇਹ ਪ੍ਰੈਸ਼ਰ ਆ ਉਹਨਾਂ 'ਤੇ ਵੀ ਅਸੀਂ ਸਿਆਣੇ ਬਹੁਤ ਹਾਂ, ਸਾਡੀ ਇੱਜ਼ਤ ਬਹੁਤ ਆ। ਜਦੋਂ ਇਹ ਛੋੜਾ ਤੁਹਾਡੇ ਸਿਰ 'ਤੇ ਭਾਰ ਪੈ ਜਾਂਦਾ ਤੁਹਾਡੇ ਸਿਰ 'ਤੇ, ਫਿਰ ਤੁਹਾਨੂੰ ਲੱਗਦਾ ਹੁੰਦਾ ਵੀ ਮੈਂ ਇਹ ਉੱਦਾਂ ਦੀ ਗੱਲ ਕਰਾਂ ਜਿਹੜੀ ਸਾਰਿਆਂ ਦੇ ਫਿੱਟ ਬੈਠਦੀ ਹੋਵੇ। ਕੋਈ ਵੀ ਬੰਦਾ ਇਹ ਨਾ ਕਹਿ ਦਿਆ ਵੀ ਇਹ ਉਹਦੇ ਵਿਰੁੱਧ ਕਹਿ ਦਿੱਤਾ ਇਹਨੇ, ਵੀ ਜਿਹਦੇ ਵਿਰੁੱਧ ਜਾਣੀ ਆ ਉਹਨੇ 2 ਗਾਲਾਂ ਕੱਢਣੀਆਂ, ਫਿਰ ਮੇਰੀ ਬੇਇੱਜ਼ਤੀ ਹੋ ਜਾਣੀ ਆ, ਮੈਂ ਇੱਜ਼ਤ ਵਾਲਾ ਬੰਦਾ, ਮੈਂ ਬੇਇੱਜ਼ਤੀ ਕਰਾਉਣੀ ਨਹੀਂ। ਸਭ ਤੋਂ ਵੱਡਾ ਪ੍ਰੈਸ਼ਰ ਵਿਦਵਾਨ ਵੀ ਸਾਡੇ ਸਾਰੇ ਮਰਦੇ ਉਦੋਂ ਆ ਜਦੋਂ, ਹੁਣ ਅਸੀਂ ਕਿੰਨੀ ਵਾਰ ਗੱਲ ਕਰਦੇ ਹਾਂ ਜਦੋਂ ਪ੍ਰਿਥੀ ਚੰਦ ਦਾ 5ਵੇਂ ਪਾਤਸ਼ਾਹ ਦਾ ਝਗੜਾ ਹੋਇਆ ਹੋਊਗਾ, ਜਦੋਂ ਦੂਜੇ ਪਾਤਸ਼ਾਹ ਨੇ ਸਟੈਂਡ ਲਿਆ ਹੋਊਗਾ ਗੁਰੂ ਨਾਨਕ ਪਾਤਸ਼ਾਹ ਦੀ ਕਹੀ ਹੋਈ ਗੱਲ ਦੇ ਉੱਤੇ, ਕੀ ਉਹਨਾਂ ਨੂੰ ਸ਼੍ਰੀ ਚੰਦ ਨਾਲ ਪਿਆਰ ਨਹੀਂ ਸੀਗਾ? ਕਿ ਦੂਜੇ ਪਾਤਸ਼ਾਹ ਦੇ ਅੰਦਰ ਭਾਈ ਲਹਿਣਾ ਜੀ ਦੇ, ਜਿਹਨੇ ਸਭ ਕੁਛ ਕੁਰਬਾਨ ਕਰਨ ਲਈ ਜਿਹੜੇ ਤਿਆਰ ਹੋ ਗਏ, ਉਹਨਾਂ ਦੇ ਮਨ 'ਚ ਸਤਿਕਾਰ ਨਹੀਂ ਸੀ ਗੁਰੂ ਦੇ ਪੁੱਤਰਾਂ ਦਾ? ਹੁਣ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪ ਤਾਂ ਜੋਤੀ ਜੋਤ ਸਮਾ ਗਿਆ, ਹੁਣ ਇਹ ਮਾਤਾ ਜੀ ਸ਼ਾਇਦ ਹੋਣਗੇ, ਬਾਕੀ ਪਰਿਵਾਰ ਆਲਾ ਦੁਆਲਾ ਜਿਹੜਾ, ਸਾਡੀ ਕਿਸੇ ਨਾਲ ਲਿਹਾਜ਼ ਹੋਵੇ, ਉਹਦੇ ਬੱਚੇ ਦੇ ਪ੍ਰਤੀ ਸਾਡੇ ਮਨ 'ਚ ਪਿਆਰ ਨਹੀਂ ਹੁੰਦਾ, ਸਤਿਕਾਰ ਨਹੀਂ ਹੁੰਦਾ? ਜੇ ਸਾਡਾ ਕੋਈ ਦੋਸਤ ਇੱਦਾਂ ਕਰ ਦੇਵੇ ਵੀ ਆਪਣੇ ਮਰਨ ਤੋਂ ਪਹਿਲਾਂ ਵਿੱਲ ਆਪਣੀ ਬਣਾ ਦੇਵੇ ਇੱਦਾਂ ਦੀ ਵੀ ਮੇਰੇ 15 ਏਕੜ ਜ਼ਮੀਨ ਆ ਜੀ ਸਾਰੀ ਆਪਣੀ, ਵੀ ਮੇਰਾ ਹੁਣ ਬਲਜਿੰਦਰ ਸਿੰਘ ਇੱਦਾਂ ਮੈਂ ਬਣਾ ਦਿਆਂ, ਹੈ ਨਾ, ਵੀ ਉਹ ਬਲਜਿੰਦਰ ਸਿੰਘ ਸਾਰੀ ਲੁੱਕ ਆਫਟਰ ਕਰੇ। ਹੁਣ ਜਦੋਂ ਰਹਿ ਅਸੀਂ ਇਕੱਠੇ ਰਹਿ ਰਹੇ ਹਾਂ, ਦੋਸਤ ਹਾਂ, ਪਰਿਵਾਰ ਦੇ ਨਾਲ ਦੋਸਤੀ ਹੁੰਦੀ ਆ, ਉਹਦੇ ਮਨ 'ਚ ਸਤਿਕਾਰ ਤਾਂ ਹੋਊਗਾ ਹੀ। ਹੁਣ ਭਾਈ ਲੈਣਾ ਜੀ ਦੁਸ਼ਮਣ ਬਣ ਕੇ ਵਿਚਰੇ ਹੋਣਗੇ ਉਹਨਾਂ ਦੇ, ਪਰ ਨਹੀਂ, ਗੱਲ ਬਣਨੀ ਇੱਦਾਂ ਸੀ, ਜ਼ਰੂਰੀ ਹੋਣੀ ਇੱਦਾਂ ਸੀ, ਉਹ ਵੀ ਨਹੀਂ 2 ਟੁੱਕ ਸਟੈਂਡ ਲੈਣਾ ਪੈਣਾ ਸੀ, ਔਰ ਲਿਆ ਉਹਨਾਂ ਨੇ, ਉਹ ਅਸੀਂ ਵੀ ਸਿੱਖ ਜਾਈਏ।
ਸਾਡੀ ਗੱਲ ਦੀ ਕੋਈ ਇੰਨੀ ਅਹਿਮੀਅਤ ਨਹੀਂ ਹੋਣੀ ਭਾਰ ਜੇ ਦੋ ਸਟੇਟਮੈਂਟਾਂ ਜਿਹੜੀਆਂ ਦੇਣੀਆਂ ਆ ਉਹਦੇ ਨਾਲ ਕਿਤੇ ਇਹ ਨਹੀਂ ਹੈਗਾ ਵੀ ਭਾਈ ਰਣਜੀਤ ਸਿੰਘ ਦੇ ਨਾਲ 20 ਏਕੜ ਜ਼ਮੀਨ ਲੱਗ ਜਾਣੀ ਉੱਥੇ ਗੱਲ ਇੰਨੀ ਹੋਣੀ ਫਰਕ ਇੰਨਾ ਪੈਣਾ ਆ ਵੀ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਹੌਸਲਾ ਹੋ ਜਾਣਾ ਪੀਣੇ ਜੇ ਉਹ ਅਸੀਂ ਦੇਣਾ ਚਾਹੁੰਦੇ ਹੌਸਲਾ ਤਾਂ ਕਲੀਅਰ ਗੱਲ ਕਰਿਆ ਕਰੀਏ ਸਪਸ਼ਟ ਗੱਲ ਕਰਿਆ ਕਰੀਏ ਹਾਂਜੀ ਵਿਚਾਰਧਾਰਾ ਨਾਲ ਖੜੇ ਆ ਜਿਨ੍ਹਾਂ ਸਮਿਆਂ ਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਦਾ ਕੋਈ ਸਾਥ ਨਹੀਂ ਦੇ ਰਿਹਾ ਸੀਗਾ ਅਸੀਂ ਉਸ ਸਮੇਂ ਦੇ ਵਿੱਚ ਉਹਨਾਂ ਦਾ ਵੀ ਸਾਥ ਦਿੱਤਾ ਸੀਗਾ ਜਦੋਂ ਭਾਈ ਸਰਜੀਤ ਸਿੰਘ ਮਿਹਣੇ ਜਿਹੜੇ ਆ ਇਹ ਸਾਡੇ ਦਿਮਾਗ ਚੋਂ ਨਿਕਲਣਾ ਚਾਹੀਦਾ ਖਾਸ ਕਰਕੇ ਜਦੋਂ ਕਿਸੇ ਹੱਕ ਦੇ ਵਿੱਚ ਖੜਨ ਲੱਗੇ ਹੁੰਦੇ ਨਾ ਉਦੋਂ ਕਦੇ ਵੀ ਇਹ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਵੀ ਅੱਜ ਮੈਂ ਇਹਦੇ ਨਾਲ ਆ ਅਤੇ ਫਲਾਨੇ ਨਾਲ ਵੀ ਜਦੋਂ ਕੋਈ ਵੀ ਨਹੀਂ ਸਿਗਾ ਉਦੋਂ ਮੈਂ ਉਹਦੇ ਨਾਲ ਸਿਗਾ ਜਾਣੀ ਦਾ ਕਿਉਂਕਿ ਜਿਹਦੇ ਨਾਲ ਹੁਣ ਤੁਸੀਂ ਹੋਣ ਲੱਗੇ ਆ ਉਹਨੂੰ ਵੀ ਪਤਾ ਵੀ ਇਹਨੂੰ ਪਜਾਮਾ ਪਵਾ ਤਾਂ ਦੇਣਾ ਮੇਰੇ ਇੱਕ ਵਾਰੀ ਆ ਲਹਾਉਣਾ ਪਤਾ ਨਹੀਂ ਕਿੰਨੀ ਵਾਰੀ ਆ ਇਹ ਕਹਿ ਕੇ ਵੀ ਪਜਾਮਾ ਮੇਰਾ ਆ ਜੇ ਸਿਆਣੇ ਆ ਅਸੀਂ ਤਾਂ ਥੋੜ੍ਹੀ ਜਿਹੀ ਬੈਲੈਂਸ ਸਟੇਟਮੈਂਟ ਦਿਆ ਕਰੀਏ ਉਹਨਾਂ ਦੇ ਪ੍ਰੋਗਰਾਮਾਂ ਦਾ ਵਿਰੋਧ ਹੋ ਰਿਹਾ ਸੀਗਾ ਉਹਨਾਂ ਦਾ ਵੀ ਸਾਥ ਦਿੱਤਾ ਸੀ ਉਸੇ ਕੜੀ ਤਹਿਤ ਅੱਜ ਵੀ ਅਸੀਂ ਇਹਨਾਂ ਦੇ ਨਾਲ ਵੀ ਖੜੇ ਆ ਬਸ਼ਰਤ ਜਿੰਨਾ ਚਿਰ ਇਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ ਹੁਣ ਦੱਸੋ ਇਹ ਸ਼ਰਤ ਕੌਣ ਪੂਰੀ ਕਰੂਗਾ ਇਹ ਸ਼ਰਤ ਤੈਅ ਕੌਣ ਕਰੂਗਾ ਗੁਰੂ ਗ੍ਰੰਥ ਸਾਹਿਬ ਦੀ ਇਹ ਗੱਲ ਕਰਦੇ ਆ ਜੇ ਕਮੇਟੀ ਨੂੰ ਪੁੱਛੋ ਜੇ ਸੁਣਦਾ ਹੋਵੇ ਬੰਦਾ ਮੈਨੂੰ ਪਤਾ ਨਹੀਂ ਇਹਦਾ ਨਾਂ ਕੀ ਆ ਜੇ ਕੋਈ ਬੰਦਾ ਮਿਲੇ ਇਹਨੂੰ ਕਹੋ ਵੀ ਅਗਲੀ ਵੀਡੀਓ ਬਣਾ ਕੇ 5 ਮਿੰਟ ਦੇ ਵਿੱਚ ਤੂੰ ਦੱਸ ਵੀ ਹੁਣ ਇਸ ਵੇਲੇ ਜਿਹੜੇ ਭਾਈ ਰਣਜੀਤ ਸਿੰਘ ਨੇ ਗੱਲ ਕੀਤੀ ਆ ਉਹ ਕਿਹੜੀ ਕਿਹੜੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ 'ਤੇ ਪੂਰੀ ਉਤਰਦੀ ਆ ਟਕਸਾਲ ਦੇ ਵਿਰੁੱਧ ਸਟੈਂਡ ਲੈ ਲਿਆ ਅਜਨਾਲੇ ਦੇ ਵਿਰੁੱਧ ਲੈ ਲਿਆ ਜਥੇਦਾਰ ਨੂੰ ਗੱਲਾਂ ਕਹਿ ਦਿੱਤੀਆਂ ਬਾਕੀ ਜਿੰਨੀਆਂ ਗੱਲਾਂ ਕਹੀਆਂ ਉਹਨਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿੱਦਾਂ ਤੂੰ ਤੈਅ ਕੀਤਾ ਵੀਰਾ ਵੀ ਗੁਰੂ ਗ੍ਰੰਥ ਸਾਹਿਬ ਦੇ ਅਨੁਕੂਲ ਪ੍ਰਚਾਰ ਕਰ ਰਹੇ ਹੈ ਕਿਹੜੀ ਕਿਹੜੀ ਗੱਲ ਤੈਨੂੰ ਲੱਗੀ ਹੈ ਇੱਦਾਂ ਐਡੀ ਖੁੱਲ੍ਹੀ ਜਿਹੀ ਸਟੇਟਮੈਂਟ ਆ ਨਾ ਇਹ ਵੀ ਭਾਈ ਅਸੀਂ ਜਦੋਂ ਗਲਤ ਹੋਊਗਾ ਅਸੀਂ ਵੀ ਕਹਾਂਗੇ ਉਹ ਤੈਅ ਕੌਣ ਕਰੂਗਾ ਉਹਦੀ ਕਸਵੱਟੀ ਕੀ ਪੈਮਾਨਾ ਕੀ ਰੱਖਿਆ ਤੁਸੀਂ ਹੁਣ ਜੇ ਤੁਹਾਡੀ ਆਪਣੀ ਨੌਲੇਜ ਦੇ ਬੇਸ 'ਤੇ ਤੁਸੀਂ ਕਰ ਰਹੇ ਇਹਦਾ ਮਤਲਬ ਤੁਹਾਡੀ ਹਉਮੈ ਨੂੰ ਪੱਠੇ ਪੈ ਰਹੇ ਆ ਤੁਸੀਂ ਕਹਿੰਦੇ ਠੀਕ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ 'ਤੇ ਪੂਰਾ ਉਤਰਦਾ ਜਿੱਦਣ ਨਾ ਪਏ ਜਿੱਦਣ ਤੁਹਾਡੀ ਸੋਚ ਦੇ ਉੱਤੇ ਗੱਲ ਪੂਰੀ ਨਾ ਉਤਰੀ ਤੁਸੀਂ ਆਪਣੀ ਮਾਨਤਾ ਦੱਸੋਗੇ ਨਾ ਵੀ ਮੇਰੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਆਹ ਕਹਿ ਰਹੇ ਆ ਜਿੱਦਣ ਭਲਕੇ ਨੂੰ ਗੱਲ ਹੋਈ ਵੀ ਅਜਨਾਲਾ ਕਹੂਗਾ ਵੀ ਦੇਖੋ ਜੀ ਮੈਂ ਤਿਆਰ ਹਾਂ ਧੁੰਮਾ ਕਹੂਗਾ ਮੈਂ ਸਾਰਾ ਕੁਛ ਛੱਡਣ ਨੂੰ ਤਿਆਰ ਹਾਂ ਅਸੀਂ ਨਹੀਂ ਚਾਹੁੰਦੇ ਵੀ ਇਹ ਇਹਨਾਂ ਨੂੰ ਛੇਕਿਆ ਜਾਵੇ ਵੀ ਇੱਕ ਵਾਰੀ ਇਕੱਠੇ ਸਾਰੇ ਜਥੇਦਾਰ ਕਹਿ ਦੇਵੇ ਵੀ ਸਾਰੇ ਜਣੇ ਇਕੱਠੇ ਇੱਕ ਸਾਂਝਾ ਦੀਵਾਨ ਸਾਂਝੀ ਸਟੇਜ ਲਾ ਕੇ ਇੱਕ ਦੀਵਾਨ ਕਰ ਲੈਣ ਸਾਰਾ ਮਸਲਾ ਮੁੱਕ ਜਾਏ ਉਹਦੇ ਵਿੱਚ ਜਿਹੜੇ ਬੰਦੇ ਇਸ ਵੇਲੇ ਨਿਗਰਦੇ ਜਾ ਰਹੇ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਉਹਨੀ ਤਾਂ ਛਾਲਾਂ ਮਾਰ ਕੇ ਤਿਆਰ ਹੋ ਜਾਣਾ ਸਟੇਜ 'ਤੇ ਜਾ ਕੇ ਉਹਨੇ ਤਾਂ ਰਾਤ ਨੂੰ ਬਹਿ ਜਾਣਾ ਜਾ ਕੇ ਵੀ ਕਿਤੇ ਇੱਦਾਂ ਨਾ ਹੋਵੇ ਸਵੇਰੇ ਸਟੇਜ 'ਤੇ ਜਗ੍ਹਾ ਨਾ ਮਿਲੇ ਢੱਡਰੀ ਵਾਲੇ ਕਾਹਤੇ ਬਹਿਣਗੇ ਉੱਥੇ ਫਿਰ ਇਹ ਕਹਿਣਗੇ ਦੇਖੋ ਜੀ ਗੁਰਬਾਣੀ ਕਹਿੰਦੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੈ ਬੁਲਾਏ ਸਾਰੇ ਜਣੇ ਤਿਆਰ ਹੋ ਗਿਆ ਸੀ ਭਾਈ ਰਣਜੀਤ ਸਿੰਘ ਏਕਤਾ ਲਈ ਤਿਆਰ ਹੀ ਨਹੀਂ ਹੋਏ ਇਸ ਕਰਕੇ ਗੁਰਬਾਣੀ ਦੀ ਕਸਪੱਟੀ ਗੁਰੂ ਗ੍ਰੰਥ ਸਾਹਿਬ ਦੀ ਕਸਪੱਟੀ 'ਤੇ ਪੂਰੇ ਨਹੀਂ ਉਤਰਦੇ ਹੁਣ ਨਹੀਂ ਅਸੀਂ ਸਾਥ ਦਿੰਦੇ ਇਹਨਾਂ ਦਾ ਉਹ ਤੈਅ ਤੁਸੀਂ ਕਰਨਾ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਕਹਤੇ ਇੱਕ ਸੀਟੀ ਜਾਣੇ ਵਿੱਚ ਤੁਸੀਂ ਕਹੋ ਤਾਂ ਇਹ ਸਟੇਟਮੈਂਟ ਇੰਨਾ ਦਮ ਰੱਖੋ ਤਾਂ ਜਿਗਰਾ ਰੱਖੋ ਆਪਣਾ ਹਿੱਕ ਠੋਕ ਕੇ ਕਹੋ ਵੀ ਭਾਈ ਮੈਨੂੰ ਲੱਗ ਰਿਹਾ ਇਸ ਵੇਲੇ ਵੀ ਇਹ ਠੀਕ ਕਰ ਰਹੇ ਮੈਂ ਲੱਗਦੀ ਵਾਹ ਸਾਥ ਦਊਂਗਾ ਇਹਨਾਂ ਦਾ ਬਸ ਇੰਨੀ ਸਟੇਟਮੈਂਟ ਦੇ ਦਿਓ ਜਿੱਦਣ ਗੱਲ ਹੋਊਗੀ ਉੱਦਣ ਕਹਿ ਦਿਓ ਤੁਸੀਂ ਵੀ ਇਹਨਾਂ ਗੱਲਾਂ ਕਰਕੇ ਮੈਨੂੰ ਲੱਗ ਰਿਹਾ ਸੀ ਵੀ ਠੀਕ ਆ ਇਹ ਅਸੀਂ ਨਾਲ ਖੜੇ ਸੀ ਇਹ ਗਲਤੀਆਂ ਹੋਈਆਂ ਇਹ ਗੱਲਾਂ ਸੀ ਧੁੰਦੇ ਬਾਰੇ ਪੰਥਪ੍ਰੀਤ ਬਾਰੇ ਜਿਹੜੀ ਵੀ ਗੱਲ ਹੋਈ ਆ ਇੱਕ ਠੋਕ ਕੇ ਕਿਹਾ ਸੀ ਠੀਕ ਹੈ ਵੀ ਸਾਨੂੰ ਕਹਿੰਦੇ ਰਹੇ ਆ ਵੀ ਠਾਕਰ ਸਿੰਘ ਜਾਂ ਫਲਾਨਾ ਬੰਦਾ ਜਿਹੜੀਆਂ ਗੱਲਾਂ ਬੋਲਦੇ ਆ ਇਹੋ ਜਿਹੀਆਂ ਗੱਲਾਂ ਬੋਲਣ ਤਾਂ ਗਲਤ ਸਾਫਾ ਪਾ ਕੇ ਲਾ ਲਿਓ ਥੱਲੇ ਅਤੇ ਤੁਸੀਂ ਉਹਨਾਂ ਸਟੇਜਾਂ 'ਤੇ ਜਾਣ ਲੱਗੇ ਆ ਜਿਹ 'ਚ ਸਾਲ ਦੇ ਵਿੱਚ 7 'ਚੋਂ 6 ਪ੍ਰਚਾਰਕ ਉਹ ਆਉਂਦੇ ਆ ਜਿਹੜੇ ਠਾਕਰ ਸਿੰਘ ਵਰਗੀਆਂ ਜੋ ਉਦੋਂ ਵੀ ਗਰੀਆਂ ਹੋਈਆਂ ਗੱਲਾਂ ਕਹਿੰਦੇ ਆ ਜਿੱਥੇ ਕੁਲਵੰਤ ਸਿੰਘ ਬਹਿੰਦਾ ਜਾ ਕੇ ਜਿੱਥੇ ਗੁਰਲਾਲ ਸਿੰਘ ਬਹਿੰਦਾ ਜਾ ਕੇ ਜਿੱਥੇ ਬੰਤਾ ਸਿੰਘ ਬਹਿੰਦਾ ਜਿੱਥੇ ਦਵਿੰਦਰ ਸਿੰਘ ਸੋਢੀ ਬਹਿੰਦਾ ਜਿੱਥੇ ਚਮਨ ਲਾਲ ਵਰਗੇ ਬੰਦੇ ਬਹਿੰਦੇ ਆ ਢਾਡੀ ਸਾਰੇ ਸਿਰੇ ਦੇ ਕੰਜਰ ਬਹਿੰਦੇ ਆ ਉਹਨਾਂ ਸਟੇਜਾਂ 'ਤੇ ਜਾ ਕੇ ਤੁਸੀਂ ਬਹਿਣ ਲੱਗੇ ਆ ਅਤੇ ਸਭ ਤੋਂ ਤੁਸੀਂ ਆਸ ਕਰਦੇ ਹੋ ਵੀ ਅਸੀਂ ਸਾਥ ਦੇਈਏ ਤੁਹਾਡਾ ਜਿੰਨੀ ਅਸੀਂ ਕਦੇ ਨਹੀਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਕਸਪੱਟੀ 'ਤੇ ਪੂਰੇ ਨਹੀਂ ਉਤਰੇ ਅਸੀਂ ਇਹ ਵੀ ਨਹੀਂ ਕਹਿੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਕਸਪੱਟ ਗੱਲ ਇਹ ਆ ਵੀ ਜਿਹੜਾ ਸਿਸਟਮ ਆ ਜਿਹੜਾ ਢਾਂਚਾ ਬਣਿਆ ਹੋਇਆ ਆ ਉਹਨੂੰ ਤੋੜਨਾ ਪੈਣਾ ਸਾਨੂੰ ਕਿਤੇ ਨਾ ਕਿਤੇ ਮੁਸ਼ਕਲ ਆ ਪ੍ਰੋਬਲਮ ਆ ਉਹਦੇ ਵਿੱਚ ਉਹਨੂੰ ਪਛਾਣਨਾ ਪੈਣਾ ਜਿਹੜਾ ਬੰਦਾ ਉਹਨੂੰ ਪਛਾਣ ਕੇ ਤੋੜਨ ਦੇ ਰਾਹ ਤੁਰਿਆ ਹੋਇਆ ਆ ਉਹ ਬੰਦਾ ਸਹੀ ਆ ਉਹ ਟਰੈਕ ਦੇ ਉੱਤੇ ਆ ਜਿਹੜਾ ਨਹੀਂ ਉਹਦਾ ਸਾਥ ਨਹੀਂ ਦਿੱਤਾ ਜਾਂਦਾ ਢਿੱਡ ਭਰਨ ਲਈ ਆਪਣਾ ਕਰਦੇ ਆ ਉੱਲੂ ਬੇਵਕੂਫ ਬਣਾਉਂਦੇ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਦੇ ਬਹਾਨੇ ਬਣਾ ਕੇ ਜਾਂ ਉਹ ਸਾਧਾਂ ਦੀਆਂ ਜਿਹੜੀਆਂ ਕਰਾਮਾਤਾਂ ਦੀਆਂ ਗੱਲਾਂ ਉਹਦਾ ਬਹਾਨਾ ਬਣਾ ਕੇ ਇਮੋਸ਼ਨਲ ਬਲੈਕਮੇਲ ਕਰਦੇ ਆ ਸਾਨੂੰ ਇਹਨਾਂ ਨੂੰ ਪਤਾ ਆ ਵੀ ਅਸੀਂ ਸਾਧਾਂ ਨੂੰ ਪੈਸੇ ਨਹੀਂ ਦੇਣੇ ਸਾਡੀਆਂ ਜੇਬਾਂ ਜੇ ਭਰੀਆਂ ਹੋਈਆਂ ਦਸਵੰਦ ਅਸੀਂ ਆਪਣੇ ਕੋਲ ਰੱਖੇ ਹੋ ਆ
ਠੀਕ ਹੈ, ਸਾਨੂੰ ਇੱਦਾਂ ਦੀਆਂ ਗੱਲਾਂ ਕਰਕੇ ਸਾਡੀ ਨਿਗਾਹ ਦੇ ਵਿੱਚ ਵਿਵਾਨ ਸਾਬਤ ਹੋ ਕੇ ਪੰਥ ਤੈਸ਼ੀ ਸਾਬਤ ਹੋ ਕੇ ਸਾਡੇ ਕੋਲ ਪੈਸਾ ਕਢਾਉਣਾ ਚਾਹੁੰਦੇ ਆ, ਤੁਸੀਂ ਦੇਖ ਲਿਆ, ਬਸ ਉਹਨਾਂ ਦਾ ਗਲੇ ਦਾ ਸਾਥ ਦੇਣਾ ਛੱਡ ਦਿਓ। ਠੀਕ ਹੈ ਜੀ, ਕਲੀਅਰ ਹੋਈ ਆ। ਦੂਸਰਾ ਸਾਡਾ ਇਹ ਇੱਕ ਜ਼ਰੂਰ ਬੇਨਤੀ ਕਰਾਂਗੇ ਵੀ ਜਿਹੜੇ ਹੋਰ ਬੁੱਧੀਜੀਵੀ ਜਾਂ ਹੋਰ ਸੰਸਥਾਵਾਂ ਇਸ ਵੇਲੇ ਚੁੱਪ ਬੈਠੀਆਂ ਆ, ਇੱਕ ਨਿਮਾਣੇ ਸਿੱਖ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਸਨੇਮਰ ਬੇਨਤੀ ਕਰਦੇ ਹਾਂ ਵੀ ਆਓ ਇਸ ਆਵਾਜ਼ ਦਾ ਆਪਾਂ ਸਾਥ ਦੇਈਏ। ਕੁਛ ਸਮਾਂ ਪਹਿਲਾਂ ਇਹ ਵੀ ਪਤਾ ਲੱਗਾ ਸੀਗਾ ਵੀ ਉਹਨਾਂ ਵੀਰਾਂ ਨੇ ਇਕੱਤਰਤਾ ਦੇ ਕੁਛ ਯਤਨ ਕੀਤੇ ਸੀਗੇ, ਪਰ ਉਸ ਸਮੇਂ ਇਹ ਪਤਾ ਲੱਗਾ ਸੀ ਵੀ ਉਦੋਂ ਭਾਈ ਰਣਜੀਤ ਸਿੰਘ ਹੋਣਾਂ ਵੱਲੋਂ ਉਹਨਾਂ ਦਾ ਕੋਈ ਵਧੀਆ ਸਾਥ ਨਹੀਂ ਸੀ ਦਿੱਤਾ ਗਿਆ। ਹੁਣ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ। ਇਹਨੂੰ ਕਹਿੰਦੇ ਆ ਹਰਾਮ ਜਦਗੀ। ਠੀਕ ਆ, ਮੈਨੂੰ ਪਤਾ ਨਹੀਂ ਅਮਰੀਕਾ ਵਾਲਿਆਂ ਨੂੰ ਬੇਨਤੀ ਆ ਕੌਣ ਆ, ਬੰਦਾ ਵੀਡੀਓ ਦੇਖ ਰਿਹਾ। ਠੀਕ ਆ, ਮੈਂ ਗਲਤੀ ਗੁਲਤੀ ਨਹੀਂ ਮੰਨਣੀ ਜੇ ਢੱਡਰੀ ਵਾਲਿਆਂ ਦਾ ਖਾਸ ਬੰਦਾ ਹੋਇਆ। ਠੀਕ ਹੈ, ਕੋਈ ਬੰਦਾ ਮੈਨੂੰ ਇਹ ਮੈਸੇਜ ਨਾ ਕਰ ਦਿਓ ਵੀ ਨਹੀਂ ਭਾਅ ਜੀ ਇਹ ਇਹ ਬੰਦਾ ਵਧੀਆ ਆਇਆ ਹੈ, ਹੋਊਗਾ ਵਧੀਆ, ਪਰ ਜਿਹੜੀ ਜਿਹੜੀ ਸਟੇਟਮੈਂਟ ਹੈ ਨਾ ਉਹਦੀ, ਉਹ ਬਿਲਕੁਲ ਦਲਿਆਂ ਵਰਗੀ ਗਰਕੀ ਹੋਈ ਸਟੇਟਮੈਂਟ ਆ, ਸਿਰੇ ਦਾ ਫੁਕਰਾ ਬੰਦਾ ਹੋਊਗਾ। ਜੇ ਇਹੋ ਜਿਹਾ ਬੰਦੇ ਵੀ ਢੱਡਰੀ ਵਾਲਿਆਂ ਦੇ ਨੇੜੇ ਤੇੜੇ ਹੈਗੇ ਆ ਤਾਂ ਉਹਨਾਂ ਨੂੰ ਪਰੇ ਸਿੱਟੋ। ਠੀਕ ਹੈ, ਮੈਂ ਥੋੜ੍ਹਾ ਜਿਹਾ ਪਿੱਛੇ ਨੂੰ ਕਰ ਲਵਾਂ ਜਾਣੀ ਇਹਨੂੰ, ਆਪਾਂ ਜਿਹੜੀ ਗੱਲ ਉਹਨਾਂ ਦੀ 50 ਸੈਕਿੰਡ ਪਿੱਛੇ ਕੀਤੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ। ਦੂਸਰਾ ਸਾਡਾ ਇਹ ਇੱਕ ਜ਼ਰੂਰ ਬੇਨਤੀ ਕਰਾਂਗੇ ਵੀ ਜਿਹੜੇ ਹੋਰ ਬੁੱਧੀਜੀਵੀ ਜਾਂ ਹੋਰ ਸੰਸਥਾਵਾਂ ਇਸ ਵੇਲੇ ਚੁੱਪ ਬੈਠੀਆਂ ਆ, ਇੱਕ ਨਿਮਾਣੇ ਸਿੱਖ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਸਨੇਮਰ ਬੇਨਤੀ ਕਰਦੇ ਹਾਂ ਵੀ ਆਓ ਇਸ ਆਵਾਜ਼ ਦਾ ਆਪਾਂ ਸਾਥ ਦੇਈਏ। ਆ ਜਿਹੜੀ ਸਟੇਟਮੈਂਟ ਇੱਥੇ ਤੱਕ ਆ, ਇੱਥੇ ਜੇ ਭਾਈ ਜੇ ਕੋਈ ਬੰਦਾ ਹੋਵੇ, ਮੈਨੂੰ ਲੱਗਦਾ ਆ ਇਹ ਉਹੀ ਗੁਰਦੁਆਰਾ ਆ ਜਿੱਥੇ ਮਲਕੀਤ ਸਿੰਘ ਹੈੱਡ ਗ੍ਰੰਥੀ ਆ, ਕਰਨਾਲ ਤੋਂ ਆ ਮਲਕੀਤ ਸਿੰਘ, ਗੁਰਪ੍ਰੀਤ ਸਿੰਘ ਉੱਥੇ ਸੈਕਟਰੀ ਸੀਗਾ, ਹੁਣ ਸ਼ਾਇਦ ਪ੍ਰਧਾਨ ਆ ਉਹ। ਪਿੱਛੇ ਜਦੋਂ ਭਾਈ ਸਾਹਿਬ ਅਮਰੀਕਾ ਗਏ ਆ, ਉਹ ਗੁਰਪ੍ਰੀਤ ਸਿੰਘ ਨੇ ਇੰਟਰਵਿਊ ਵੀ ਉਹਨਾਂ ਦੀ ਲਈ ਉਹ ਆ। ਠੀਕ ਹੈ, ਕੱਟਤਾੜੀ ਆ ਐਨਕਾਂ, ਇੱਥੇ ਵੀ ਆ ਵੀਡੀਓ ਦੇ ਵਿੱਚ ਵੀ ਸ਼ਾਇਦ ਨਾਲ ਖੜਾ ਆ, ਸਟੇਟਮੈਂਟ ਵੀ ਉਹਦੀ ਹੈ। ਮੈਂ ਆਹ ਕਿਉਂਕਿ ਗੱਲ ਮੈਂ ਸਿਰਫ ਇਹ 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 ਬੰਦੇ ਦੀ ਮੈਨੂੰ ਪਤਾ ਨਹੀਂ ਇਹਦਾ ਕੌਣ ਆ, ਇਹਦੀ ਉਹਨੇ ਸ਼ੁਰੂ 'ਚ ਕਿਹਾ ਸੀ ਜਿਹੜਾ ਕੋਈ ਬੰਦਾ ਸ਼ੁਰੂ ਦੇ ਵਿੱਚ ਬੋਲਿਆ ਨਾ, ਉਹ ਦੱਸ ਰਿਹਾ। ਹੁਣ ਸਾਨੂੰ ਇੰਨਾ ਟਾਈਮ ਨਹੀਂ ਹੋਣਾ ਸਾਡੇ ਕੋਲ ਪਿੱਛੇ ਨੂੰ ਜਾ ਕੇ ਸਾਰੀ ਆਪਾਂ ਸੁਣੀਏ, ਪਰ ਤੁਸੀਂ ਇਹਨੂੰ ਦੇਖਾਂਗੇ, ਮੈਂ ਸ਼ੇਅਰ ਕਰ ਦੂੰਗਾ ਅਤੇ ਤੁਸੀਂ ਸੁਣਿਓ, ਕੋਸ਼ਿਸ਼ ਕਰਿਓ। ਉਹ ਜਿਹੜੀ ਉੱਥੇ ਦੀ ਕੋਈ ਐਸੋਸੀਏਸ਼ਨ ਆ, ਨਾਲ ਇੱਕ ਸਿੰਘ ਸਭਾ ਫ੍ਰਿਜ਼ਨੋ ਆ, ਗੁਰਦੁਆਰਾ ਕਮੇਟੀ ਆ, ਇੱਕੋ ਐਸੋਸੀਏਸ਼ਨ ਆ, ਦੋ ਦੇ ਇਹ ਬੰਦੇ ਐਸੋਸੀਏਸ਼ਨ ਦਾ ਨੁਮਾਇੰਦਾ ਆ ਕੋਈ ਇਹ। ਠੀਕ ਹੈ, ਇਹਦੀਆਂ ਗੱਲਾਂ ਤੋਂ ਲੱਗਦਾ ਵੀ ਬਿਲਕੁਲ ਦੋਗਲਾ ਆ, ਬਿਲਕੁਲ ਦੋਗਲਾ ਆ। ਹੁਣ ਇੱਥੇ ਵੀ ਜਦੋਂ ਗੱਲ ਰਿਹਾ ਵੀ ਕੁਛ ਬੁੱਧੀਜੀਵੀ, ਕੁਛ ਸੰਸਥਾਵਾਂ ਸਾਥ ਨਹੀਂ ਦੇ ਰਹੀਆਂ, ਇੱਥੇ ਵੀ ਉਹਨੂੰ ਕਲੀਅਰ ਨਾ ਲੈਣਾ ਚਾਹੀਦਾ ਸੀ ਵੀ ਸਾਡੇ ਹਿਸਾਬ ਨਾਲ। ਜੇ ਇਹਨੂੰ ਪੁੱਛੇ ਵੀ ਅੱਛਾ ਠੀਕ ਹੈ ਜੀ, ਕਿੱਦਾਂ ਰਤਵਾੜਾ ਸਾਹਿਬ ਵਾਲਿਆਂ ਬਾਰੇ ਤਾਂ ਨਹੀਂ ਕਹਿੰਦਾ ਤੂੰ, ਆਸ ਕੀਤੀ ਜਾ ਸਕਦੀ ਵੀ ਢੱਡੀ ਵਾਲਿਆਂ ਦਾ ਸਾਥ ਦੇਣ? ਮਸਤੂਆਣੇ ਵਾਲਿਆਂ ਬਾਰੇ ਵੀ ਉਹ ਬੋਲਦੇ ਨਹੀਂ, ਮਸਤੂਆਣੇ ਵਾਲੇ ਕਿਸੇ ਪਾਸੇ ਨਹੀਂ ਬੋਲੇ, ਵੀ ਜਾਂ ਅਖੰਡ ਕੀਰਤਨੀ ਜੱਥੇ ਦਾ ਕੋਈ ਜਰਮਨ ਦਾ ਗਰੁੱਪ ਆ ਉਹ ਨਹੀਂ ਬੋਲਿਆ। ਜੇ ਇਹਨੂੰ ਨਾ ਲੈਣਾ ਚਾਹੀਦਾ ਵੀ ਭਾਈ ਇਹ ਇਹ ਬੁੱਧੀਜੀਵੀ ਜਿਹੜੇ ਆ ਇਹਨਾਂ ਤੋਂ ਆਸ ਕੀਤੀ ਜਾਂਦੀ ਆ ਵੀ ਇਹ ਮਸਲਾ ਜਿਹੜਾ ਇਸ ਵੇਲੇ ਢੱਡੀਆਂ ਵਾਲਾ, ਜਿਹੜੀ ਅਕਾਲ ਤਖ਼ਤ ਉਹਨਾਂ ਉਸ ਸਿਸਟਮ ਦੇ ਵਿਰੁੱਧ ਲੜਾਈ ਆ, ਇਹ ਬੰਦੇ ਪਹਿਲਾਂ ਤੋਂ ਉਹਦੇ ਵਿਰੁੱਧ ਰਹੇ ਆ, ਪਰ ਇਸ ਮਸਲੇ 'ਚ ਹੁਣ ਬੋਲ ਨਹੀਂ ਰਹੇ, ਉੱਥੇ ਨਾਂ ਲੈ ਕੇ ਕਹਿਣਾ ਚਾਹੀਦਾ। ਪਰ ਨਹੀਂ, ਇਹ ਸਾਂਝੀਆਂ ਭਾਬੀਆਂ ਆ, ਸੱਚੀ ਰਖੈਲਾਂ ਹੁੰਦੀਆਂ, ਇਹਨੀ ਇੱਕ ਉਹ ਇਹਨੀ ਕਈ ਯਾਰ ਹੰਢਾਉਣੇ ਹੁੰਦੇ ਐਟ ਏ ਟਾਈਮ, ਕਿਸੇ ਤੋਂ ਛੱਲਾ ਪੁਆਇਆ ਹੁੰਦਾ, ਕਿਸੇ ਤੋਂ ਬਾਲੀਆਂ ਪੁਆਈਆਂ ਹੁੰਦੀਆਂ, ਕਿਸੇ ਤੋਂ ਝਾਂਜਰਾਂ ਲਈਆਂ ਹੁੰਦੀਆਂ। ਠੀਕ ਹੈ, ਕਈ ਫੋਨ ਨੰਬਰ ਹੁੰਦੇ ਆ ਇੱਦਾਂ। ਠੀਕ, ਉਹ ਟਿਕਟੋਕ 'ਤੇ ਸੀਗਾ ਨਾ ਇੱਕ, ਇਸੇ ਸਵਾਲ ਹੀ ਹੋਣੀ ਆ ਵਿਚਾਰੀ, ਇੱਦਾਂ ਉਹ ਕਰਕੇ ਇੱਦਾਂ ਫੋਨ ਕਰ ਦਿੱਤਾ, ਮੁੰਡੇ ਨੇ ਚੱਕਿਆ ਮੂਹਰਿਓਂ, ਕਹਿੰਦਾ ਕਿੱਦਾਂ? ਕਹਿੰਦੀ ਕੁਛ ਨਹੀਂ, ਬਸ ਵਿਹਲੀ ਬੈਠੀ ਸੀ। ਮੈਂ ਕਿਹਾ ਭਈ ਗੱਲਬਾਤ ਕਰ ਲਵਾਂ 10 ਮਿੰਟ। ਉਹ ਕਹਿੰਦਾ ਕੰਜਰ ਦੀ ਇਹ 2 ਮਿੰਟ ਪਹਿਲਾਂ ਮੇਰੇ ਨਾਲ ਗੱਲ ਕਰਦੀ ਹਟੀ ਆ ਤੂੰ। ਉਹ ਕਹਿੰਦੀ ਉਹ ਫਿਰ ਤੈਨੂੰ ਲੱਗ ਗਿਆ? ਇਹ ਇਹ ਇੱਦਾਂ ਦੇ ਆ ਇਹ, ਇਹਨੂੰ ਚੇਤਾ ਹੀ ਨਹੀਂ ਹੁੰਦਾ ਵੀ ਕਿੰਨਿਆਂ ਦੇ ਨੰਬਰ ਸੇਵ ਕੀਤੇ ਵਾ। ਵਾਹਲਾ ਇੱਕ ਨਾ ਕਰਕੇ ਦੂਜੇ ਨੂੰ ਕਹੀ ਜਾ ਕਹੀ ਦੂਜੇ ਨੂੰ ਜਾਂਦੇ ਹੁੰਦੇ ਆ ਵੀ ਤੂੰ ਦੱਸ, ਤੂੰ ਕਹਿੰਦਾ ਸੀ ਮੈਂ ਉਂਘਾ ਆਇਆ ਹੀ ਨਹੀਂ। ਉਹ ਕਹਿੰਦਾ ਮੈਂ ਕਦੋਂ ਕਿਹਾ ਸੀ? ਅੱਛਾ, ਫਿਰ ਹੋਰ ਕੋਈ ਹੋਣਾ? ਇਹ ਬੰਦੇ ਸਕੋਲ ਜਾਣੀ ਕੋਟ ਪੈਂਟ ਪਾਇਆ ਆ, ਇੱਦਾਂ 8-10 ਜਣੇ ਖੜ੍ਹੇ ਆ, ਬੰਦਾ ਕਹਿ ਲੈ ਵੀ ਐਡੇ ਬੰਦੇ ਅਮੈਰੀਕਾ ਦੇ ਵਿੱਚੋਂ ਫ੍ਰਿਜ਼ਨੋ 'ਚੋਂ ਵੀ ਇੰਨੇ ਬੰਦੇ ਢੱਡਰੀਆਂ ਦੇ ਨਾਲ ਖੜ੍ਹ ਗਏ ਤਾਂ ਹਨੇਰੀ ਆ ਜੋ ਹੋਈ, ਤਾਂ ਇਹ ਨਹੀਂ ਪਤਾ ਵੀ ਸਾਰੇ ਪਾਟੜੇ ਇਕੱਠੇ ਹੋਏ ਆ।
ਪੰਥ ਪ੍ਰੀਤਰ ਕੇ ਪਾਟੜੇ ਜਿਹੜੇ ਇਹ ਬੰਦਿਆਂ ਨੂੰ ਸਸਤੇ ਦੇ ਵਿੱਚ ਸੱਚੀ ਸਸਤੇ ਚ ਅਮਰੀਕਾ ਚੱਲ ਗਿਆ। ਬਹੁਤੇ ਤਾਂ ਇਹਨਾਂ ਚੋਂ ਦਾਜ ਚੁੱਕੇ ਹੋਣੇ, ਫਰੀ ਦੇ ਵਿੱਚ ਤਾਂ ਚੱਲ ਗਿਆ। ਉੱਥੇ ਜਾਂਦਿਆਂ ਦਾ ਸੂਤ ਖੁੱਲ੍ਹੀ ਮਾਰਕੀਟ ਸੀ ਇੱਦਾਂ।